ਹੋਲੀ ਦੁਕਾਨ ਤੇ ਪਹੁੰਚ ਚੁੱਕੇ ਜਿੱਥੇ ਪਤੰਗਾਂ ਕਾਫੀ ਜ਼ਿਆਦਾ ਸਸਤੀਆਂ ਹੁੰਦੀਆਂ ਬਾਜ਼ਾਰ ਨਾਲੋਂ ਕਾਫੀ ਅੱਛੀ ਅੱਛੀ ਆਈਆਂ ਨੇ ਔਰ ਬਾਜ਼ਾਰ ਨਾਲੋਂ ਰੇਟ ਸਸਤਾ ਔਰ ਵਧੀਆ ਮਿਲੇਗਾ। हेलो गाइस ਤੁਹਾਡਾ ਮੇਰੇ ਚੈਨਲ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਤੁਹਾਨੂੰ ਮੈਂ ਸ਼ੇਅਰ ਕਰਨ ਜਾ ਰਿਹਾ ਗੁੱਡੇ ਦੀ ਇੱਕ ਅਹਿਮ ਹੋਲਸੇਲ ਮਾਰਕੀਟ ਹੋਲ ਇਹੋ ਜਿਹੀ ਦੁਕਾਨ ਜਿੱਥੇ ਕਾਫੀ ਜ਼ਿਆਦਾ ਸਸਤੀਆਂ ਗੁੱਡੀਆਂ ਮਿਲਦੀਆਂ ਬਾਜ਼ਾਰ ਨਾਲੋਂ। ਅੱਜ ਤੁਹਾਨੂੰ ਉਹ ਦੁਕਾਨ ਤੇ ਲੈ ਕੇ ਚੱਲੂੰਗਾ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤੇ ਵੀਡੀਓ ਲਾਈਕ ਕਰੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਥ ਦੇ ਨਾਲ ਬੈਲ ਆਈਕਨ ਦੇ ਆਪਸ਼ਨ ਨੂੰ ਟੈਪ ਕਰੋ ਤਾਂ ਕਿ ਮੈਂ ਕੋਈ ਵੀ ਇਹੋ ਜਿਹੀ ਰਿਲੇਟਡ ਵੀਡੀਓ ਪਾਵਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਉਸਦਾ ਨੋਟੀਫਿਕੇਸ਼ਨ ਪਹੁੰਚ ਸਕੇ। ਤਾਂ ਚਲੀ ਗਾਈਸ ਹੁਣ ਅਸੀਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਹੁਣ ਗਾਈਸ ਅਸੀਂ ਹੋਰ ਇੱਕ ਦੁਕਾਨ ਤੇ ਪਹੁੰਚ ਚੁੱਕੇ ਹਾਂ ਜਿੱਥੇ ਪਤੰਗਾਂ ਕਾਫੀ ਜ਼ਿਆਦਾ ਸਸਤੀਆਂ ਹੁੰਦੀਆਂ, ਬਾਜ਼ਾਰ ਨਾਲੋਂ ਕਾਫੀ ਜ਼ਿਆਦਾ ਸਸਤੀਆਂ ਹੁੰਦੀਆਂ ਨੇ। ਇੱਕ ਵਾਰੀ ਫਿਰ ਨਵੇਂ ਸਾਲ ਤੇ ਹੀ ਆ ਚੁੱਕੇ, ਇੱਥੇ ਕਾਫੀ ਜ਼ਿਆਦਾ ਨਵੇਂ ਸਾਲ ਦੀ ਵੈਰਾਈਟੀ ਆਈ ਹੈ ਪਤੰਗਾਂ ਦੀ। ਤੇ ਇਹ ਸ਼ੋਪ ਹੈਗੀ ਅੰਮ੍ਰਿਤਸਰ 'ਚ ਲੋਕੇਟਡ, ਬੱਸ ਸਟੈਂਡ ਲੱਗੇ, ਸ਼ੋਪ ਨੰਬਰ 121 30 ਵੀ ਲੋਕੇਟਡ ਹੈਗਾ, ਇੱਥੇ ਵੇਚ ਸਕਦੇ ਹੋ ਕਾਫੀ ਜ਼ਿਆਦਾ ਵਧੀਆ ਪਤੰਗ ਹੈ। ਤੇ ਹੁਣ ਤੁਹਾਨੂੰ ਭਾਈ ਦੱਸਦੇ ਜੀ, ਮੈਂ ਬੱਚਿਆਂ ਨੂੰ ਸਭ ਨੂੰ ਪਹਿਲੇ ਦੇ ਨੰਬਰ ਦੇ ਲੋਹੜੀ ਦੀ ਲੱਖ ਲੱਖ ਵਧਾਈ ਦਿੰਦਾ ਵਾਂ ਔਰ ਮੈਂ ਬੱਚਿਆਂ ਦਾ ਵੈਲਕਮ ਕਰਦਾ ਵਾਂ ਵੀ ਸਾਡੀ ਦੁਕਾਨ 'ਤੇ ਆਉਣ ਦੀ। ਇੱਕ ਅੱਛੀ ਅੱਛੀ ਵਰਾਇਟੀ ਮਿਲੇਗੀ ਔਰ ਪਤੰਗਾਂ ਦਾ ਨਵਾਂ ਨਵਾਂ ਰਿਵਾਜ ਦੇ ਮੁਤਾਬਿਕ ਪਤੰਗਾਂ ਆਈਆਂ ਨੇ ਔਰ ਰੇਟ ਵੀ ਕੁਆਲਿਟੀਆਂ ਅੱਛੀਆਂ ਅੱਛੀਆਂ ਆਈਆਂ ਨੇ ਔਰ ਬਾਜ਼ਾਰ ਨਾਲੋਂ ਰੇਟ ਸਸਤਾ ਔਰ ਵਧੀਆ ਮਿਲੇਗਾ। ਤੁਹਾਡੇ ਪਿਆਰ ਦੀ ਖਾਤਰ ਅਸੀਂ ਅੱਛੀ ਅੱਛੀ ਪਤੰਗ ਦੀ ਕੁਆਲਿਟੀ ਲੈ ਕੇ ਆਏ। ਮੈਂ ਦੱਸਣਾ ਚਾਹੁੰਦਾ ਵਾਂ ਇਹ ਵਰਾਇਟੀ ਹੈ ਜੈਪੁਰ ਦੀ ਵਰਾਇਟੀ, ਜੈਪੁਰ ਦੀ ਵਰਾਇਟੀ ਹੈ, ਮੱਛੀ ਦੀ ਪਤੰਗ ਕਹਿੰਦੇ ਇਹਨੂੰ ਔਰ ਬਾਜ਼ਾਰ ਵਿੱਚ ਇਹ ਤੁਹਾਨੂੰ 8-10 ਰੁਪਏ ਘੱਟ ਨਹੀਂ ਮਿਲੇਗੀ, ਮੈਂ ਦੇਵਾਂਗਾ 60 ਰੁਪਏ ਦਰਜਨ, ਮਤਲਬ ਕਿ 5 ਰੁਪਏ ਦਾ ਇੱਕ ਪੀਸ ਉਹਦੀ ਵਰਾਇਟੀ ਹੈਗੀ ਹੈ। ਔਰ ਇਹ ਵਰਾਇਟੀ ਆਈ ਹੈ ਅਹਿਮਦਾਬਾਦ ਦੀ, ਇਹ ਪਤੰਗ ਹੈਗੀ ਹੈ ਬਾਜ਼ਾਰ 'ਚ 15 ਰੁਪਏ ਦੀ ਮਿਲੇਗੀ, ਸਾਡੀ ਦੁਕਾਨ 'ਤੇ ਮਿਲੇਗੀ 10 ਰੁਪਏ ਦੀ। ਰਾਮਪੁਰ ਦੀ ਪਤੰਗ ਹੈਗੀ ਹੈ, ਇਹ 10 ਰੁਪਏ ਦੀ ਮਿਲੇਗੀ, ਅਸੀਂ ਦੇਵਾਂਗੇ 100 ਰੁਪਏ ਦੀਆਂ 12। ਬੱਚਿਆਂ ਨੂੰ ਰੇਟ ਸਹੀ ਮਿਲੇਗਾ ਤਾਂ ਹੀ ਦੁਬਾਰਾ ਸਾਡੀ ਦੁਕਾਨ 'ਤੇ ਆਉਣਗੇ। ਪਤੰਗ ਹੈ ਇਹ ਬਾਜ਼ਾਰ 'ਚ ਮਿਲੇਗੀ 6-7 ਰੁਪਏ ਦੀ, ਅਸੀਂ ਦੇਵਾਂਗਾ 5 ਰੁਪਏ ਦੀ। ਮਤਲਬ 3 ਕਲਰ ਬਹੁਤ ਜ਼ਿਆਦਾ ਹੋਣਗੇ, ਬਾਜ਼ਾਰ ਨਾਲ ਕਾਫੀ ਜ਼ਿਆਦਾ ਸਸਤੀ ਹੈ। ਅੱਜ ਦੀ ਬਾਏ ਕਰੋ, ਚੱਸ ਪਤੰਗ ਆਈ ਹੈ, ਚੱਸ ਪਤੰਗ ਹੈਗੀ ਹੈ ਪੌਣਾ ਸਾਇਜ, ਇਹ ਪਤੰਗ ਮਿਲੇਗੀ ਤੁਹਾਨੂੰ ਮਤਲਬ ਕਿ ਇਹ ਬਾਜ਼ਾਰ ਮਿਲੇਗੀ 15 ਰੁਪਏ ਦੀ, ਅਸੀਂ ਦੇਵਾਂਗੇ 10 ਰੁਪਏ ਦੀ। ਇਹ ਦੇਖੋ ਡਿਜ਼ਾਇਨ ਪਤੰਗਾਂ ਦੇ ਜੋ ਖਿਲੋਣੇ ਬਣੇ ਆ ਸਭ ਕੁਝ ਮਿਲਿਆ। ਇਹ ਪਤੰਗ ਬਾਜ਼ਾਰ 'ਚ ਮਿਲੇਗੀ 10 ਰੁਪਏ ਦੀ, ਅਸੀਂ ਦੇਵਾਂਗੇ 5 ਰੁਪਏ। ਅੱਛੀ ਕੁਆਲਿਟੀ ਝਾਂਜਰ ਵਾਲੀ ਪਤੰਗ, ਦੇਖੋ ਡਿਜ਼ਾਇਨ ਕਿੰਨਾ ਅੱਛਾ ਹੈ। ਅਸੀਂ ਕਹਿੰਦੇ ਰਾਮਪੁਰ ਦੀ ਮਟਕਾ ਪਤੰਗ, ਇਹ 10 ਰੁਪਏ ਦਾ ਪੀਸ ਹੈ, ਅਸੀਂ 8 ਰੁਪਏ ਦੇ ਹਿਸਾਬ ਨਾਲ ਦੇਵਾਂਗੇ ਇਕੱਠੇ ਲੈਣ। ਠੀਕ ਹੈ, 16 ਤਾਰ ਦੀ ਡੋਰ ਦੀ ਪਹਿਲੇ ਵੀ ਬੜੀ ਡਿਮਾਂਡ ਰਹੀ ਹੈ, ਡਿਮਾਂਡ ਹੋਣੀ ਬੜੀ ਅੱਛੀ ਕੁਆਲਿਟੀ ਅਸੀਂ ਤਿਆਰ ਕਰਵਾਈ ਹੈ, ਇਸੇ ਚੱਕਰ 'ਚ ਵੀ ਲੋਹੜੀ ਦੇ ਵਿੱਚ ਬਾਅਦ ਵਿੱਚ ਚੀਜ਼ ਮਿਲਦੀ ਨਹੀਂ ਹੈਗੀ, ਅਸੀਂ ਇਸੇ ਕਰਕੇ ਪਹਿਲੇ 16 ਤਾਰ ਦੀ ਚਰਖੀ ਤਿਆਰ ਕਰਾ ਚੁੱਕੇ ਹਾਂ ਵੀ ਬੱਚਿਆਂ ਨੂੰ ਕੋਈ ਮੁਸ਼ਕਲ ਨਾ ਹੋਵੇ, ਇਨ ਟਾਈਮ 'ਤੇ ਡੋਰ ਮਿਲ ਜਾਵੇ ਔਰ ਗੱਟੂ ਨੂੰ ਬਿਲਕੁਲ ਕਾਟ ਕਰੇਗੀ, ਗੱਟੂ ਦੀ ਬਿਲਕੁਲ ਕਾਟ ਹੈਗੀ ਹੈ ਸਪੈਸ਼ਲ। ਇੱਕ ਇਹ 'ਚ ਬਣਾਈ ਆਪਾਂ 12 ਤਾਰ ਦੀ, ਇਹ 150 ਰੁਪਏ ਸੇਲ 'ਚ ਬਣਾਈ ਹੈ 12 ਤਾਰ, ਇਹੀ ਕੁਆਲਿਟੀ ਵੀ ਅੱਛੀ ਹੈ ਔਰ ਇਹ 150 ਸੇਲ ਹੈ। 4 ਗੋਟ ਦੀ ਚਰਖੀ ਹੈ, ਸੋਨਾ ਚਾਂਦੀ ਚਰਖੀ ਲੱਗੀ ਹੈ, ਅੱਛੀ ਕੁਆਲਿਟੀ ਹੈ। ਇਸ ਤੋਂ ਬਾਅਦ ਦੇਖੋ 3D ਪਤੰਗ ਆਈ ਹੈ, ਇਹ ਦੇਖੋ ਪਤੰਗ ਬਾਜ਼ਾਰ 'ਚ ਮਿਲੇਗੀ 15 ਰੁਪਏ ਦੀ, ਅਸੀਂ ਦੇਵਾਂਗੇ 10 ਰੁਪਏ ਦੀ। ਇਹਦੀ ਡਿਜ਼ਾਇਨ ਦੇਵਾਂ ਕਮ ਸੇ ਕਮ 10 ਡਿਜ਼ਾਇਨ ਦੇਵਾਂ, ਸਟਾਰ 3D ਅੱਛੀ ਪਤੰਗ ਕੁਆਲਿਟੀ ਹੈਗੀ ਬਾਜ਼ਾਰ ਨਾਲੋਂ ਵਧੀਆ ਦੇਖੀ। ਇਹ ਜੈਪੁਰ ਦੀ ਅੱਧੀ ਪਤੰਗ, ਇਹਨੂੰ ਕਹਿੰਦੇ ਅੱਧੀ ਪਤੰਗ, ਇਹ ਬਾਜ਼ਾਰ 'ਚ ਤੁਹਾਨੂੰ 10 ਰੁਪਏ ਦਾ ਪੀਸ ਮਿਲੇਗਾ, ਅਸੀਂ ਦੇਵਾਂਗੇ 7 ਰੁਪਏ ਦਾ ਪੀਸ, 84 ਰੁਪਏ ਦੇ 12 ਪੀਸ। ਕਾਫੀ ਵਧੀਆ ਸਸਤੀ ਹੈ ਤੇ ਬਾਜ਼ਾਰ ਨਾਲੋਂ, ਬਾਏ ਕਰੋ ਮਟੀਰੀਅਲ। ਇਹ ਝਾਲਰ ਪਤੰਗ ਆਈ ਹੈ, ਇਹ ਬਾਜ਼ਾਰ 'ਚ ਮਿਲੇਗੀ 15 ਰੁਪਏ ਦੀ, ਅਸੀਂ ਦੇਵਾਂਗੇ 100 ਰੁਪਏ ਦੀਆਂ 12, ਬਹੁਤ ਅੱਛੀ ਕੁਆਲਿਟੀ ਦੀ ਹੋਏਗੀ। ਠੀਕ ਹੈ, ਲਖਨਊ ਘਾਟ ਇਹ ਪਤੰਗ ਮਿਲੇਗੀ ਬਾਜ਼ਾਰ 'ਚ 8 ਰੁਪਏ 7 ਰੁਪਏ ਦੀ, ਅਸੀਂ ਦੇਵਾਂਗੇ 5 ਰੁਪਏ ਦੀ। ਠੀਕ ਹੈ ਜੀ, ਇਹਦੀ ਮੇਰਾ ਖਿਆਲ ਤੁਹਾਨੂੰ ਮੈਂ ਐਡ ਦੇ ਚੁੱਕਾ, ਬਾਕੀ ਇਸ ਤੋਂ ਬਾਅਦ ਦੇਖੋ ਜੀ ਅਗਲੀ ਪਤੰਗ, ਇਹ ਬਾਜ਼ਾਰ 'ਚ ਮਿਲੇਗੀ 15 ਰੁਪਏ ਦੀ, ਅਸੀਂ ਦੇਵਾਂਗੇ 10 ਰੁਪਏ, ਅੱਛੀ ਕੁਆਲਿਟੀ ਪਤੰਗ ਹੈ। ਅਤੇ ਬੱਚਿਆਂ ਵਾਸਤੇ ਗੱਟੂ ਤਿਆਰ ਕਰਾਏ ਆ, ਧਾਗਾ ਹੈਗਾ ਕੋਈ, ਇਹਦੇ 'ਚ ਬੱਚੇ ਵਾਸਤੇ ਕੋਈ ਹੱਥ ਨਹੀਂ ਕੱਟਿਆ ਜਾਏਗਾ, ਸਿਰਫ ਧਾਗੇ ਵਾਲੀ ਡੋਰ ਭਰਵਾਈ ਆ, ਅਤੇ ਬੱਚੇ ਜਿਹੜੇ ਰੋਂਦੇ ਆ ਵੀ ਅਸੀਂ ਗੱਟੂ ਲੈਣਾ, ਉਹਨਾਂ ਵਾਸਤੇ ਬੱਚਿਆਂ ਵਾਸਤੇ ਤਿਆਰ ਕਰਵਾਇਆ ਵਾ, ਕੋਈ ਚਾਈਨੀਜ਼ ਨਹੀਂ ਹੈ, ਇਹ ਆਮ ਇੰਡੀਅਨ ਧਾਗਾ ਭਰਵਾਇਆ। ਇਹ ਵੀ ਕਾਫੀ ਵਧੀਆ,
और देखो ये तावा पतंग है, ये बिहार च 25 रुपए का मिलेगा, असि देवे 200 रुपए के 12 पीस। डिजाइन दिखा दो सारा, डिजाइन देखो एक तो एक क्वालिटी के होंगे, देखो डिजाइन अच्छे अच्छे क्वालिटी के होंगे, ठीक है जी। देखो स्पाइडरमैन बच्चों वास्ते हर क्वालिटी की डिजाइनिंग का पतंग अपने को मिलेगा। देखो जी ऐसे डिजाइन बाजार से तुम बहुत घट नजर आएंगे। देखो जी कृष्णा वाली पतंग हर तरह की, मैं कहना जे अगर कस्टमर ने आना तो साढ़े को लोहड़ी तो एक हफ्ता पहले पहले आ जाए तो डिस्काउंट पूरी मिलेगी, उसके बाद वरायटी पूरी मिलेगी। अगर लोहड़ी तो एक हफ्ता रह गया आए तो क्वालिटी खत्म हो जाएगी, फिर डिस्काउंट का भी काम खत्म हो जाएगा। तो उस वे भीड़ के लिए ना कोई समान दिता जाता, ये बहुत मुश्किल होंगी है। इस तो पहले मैं गुजारिश है लोहड़ी तो एक हफ्ता पहले आ गए अपनी खरीदारी कर लो और अपने बच्चों वास्ते जो समान लैना लै लो, इसके बाद की कोई गरंटी नहीं, ना कोई डिस्काउंट मिलेगा ना कोई वरायटी मिलेगी। फिर बाद च बच्चा आंदा दूरों आते कहें यार सानू आए हैं पतंग नहीं मिली, वो वरायटी नहीं मिली, फिर असं कुछ नहीं कर सकते, पीड़ पटके से फिर समान मिलता नहीं, थोक में खत्म हो जाता। एक मैं क्वालिटी दिखाना चाहवागा, यह हैगी है 150 तावी का सैग, ये बाजार से मिलेगा 50 रुपये का पीस, लेकिन इतने मिलेगा तुम्हें कम से कम भी असं देवे 420 रुपये दर्जन, 35 रुपये के हिसाब से जो होलसेल पतंग जा रही है। डिजाइन ऐसे यह नहीं होगा, बहुत ज़्यादा डिजाइन होंगे, ठीक है जी। हाँ जी हाँ जी कनेडा अमरीका वाले, और मैं एक बार गुजारिश दोबारा फिर करता, लोहड़ी तो एक हफ्ता तक पहले आके अपनी पतंग का स्टॉक जो है खत्म हो जाता, पहले आके अपनी वरायटी ला लो, उसके बाद बहुत मुश्किल होएगी। मैं भीड़ भड़के में बहुत माल मिलता नहीं, फिर वरायटी नहीं मिलती पतंगा लोहड़ी उत्ते, जिसने पतंग भी नहीं उड़ानी हो कम से कम एक गुब्बारा जरूर उड़ाएगा रात में। यह पैराशूट है, ये कीमत देवगा तुम मैं 100 रुपये के 4 पीस, बाजार में मिलेगा 35 रुपये का 40 रुपये का, असं देवे 100 रुपये के 4 पीस, वड्डा साइज देवगा, उड़न की पूरी गरंटी होएगी, जो भी मतलब कि अच्छा समान मिलेगा। देखो ये अपने कारीगर की अच्छे कारीगरों की तैयार की जाती है, ये पौना साइज है, कम से कम भी मैं 6-7 डिजाइन देवगा, और कम से कम भी जे बाजार जाओगे तो 15 रुपये का एक पीस मिलेगा, और मेरे को जी अगर ये लोहड़ी तो एक हफ्ता पहले लेंदे मैं 100 रुपये दिया 12 देवगा, और उसके बाद 100 दिया 10 भी नहीं मिलनिया, जो दिन 4 दिन रह जाएंगे वरायटी खत्म हो जाए, रेट तेज हो जाए। ਭਾਜੀ ਨੌ ਤਾਰ ਦਾ ਧਾਗਾ ਹੈਗਾ ਵਾ, ਠੀਕ ਹੈ ਜੀ, ਹੁਣ ਤੁਹਾਨੂੰ ਮਿਲੇਗੀ ਗੱਲ ਸੁਣੋ, ਇਸ ਟਾਈਮ 250 ਰੁਪਏ ਦੀ ਮਿਲੇਗੀ ਹੈ, ਤੁਹਾਨੂੰ ਇੱਧਰ ਲੋਹੜੀ ਲਾ ਕੇ 500 ਦੀ ਮਿਲਦੀ ਆ ਉਸ ਚੀਜ਼ ਦੀ। ਤੁਸੀਂ ਵੇਖ ਸਕਦੇ ਹੋ ਕਾਫੀ ਜ਼ਿਆਦਾ ਅੱਛੇ ਡਿਜ਼ਾਇਨ ਹੈਗੇ ਇੱਥੇ, ਬੋਲੀ ਜਾਓ ਭਾਈ ਆਪ ਵੇਖ ਸਕਦੇ ਹੋ ਕਾਫੀ ਜ਼ਿਆਦਾ ਵਧੀਆ ਇੱਥੇ ਆ ਕੇ ਬਾਇਕ, ਔਰ ਇਹਨਾਂ ਦਾ ਐਡਰੈਸ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਪ੍ਰੋਵਾਈਡ ਕਰਤਾ ਹੋਇਆ ਵਾ, ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ, ਇੱਥੇ ਆਓ ਉੱਥੇ ਖਰੀਦੋ, ਕਾਫੀ ਜ਼ਿਆਦਾ ਇਹਨਾਂ ਦਾ ਅੱਛਾ ਮਾਲ ਆ, ਮੀਨਸ ਕਾਫੀ ਜ਼ਿਆਦਾ ਸਸਤੀ ਮਿਲਦੀ ਬਾਜ਼ਾਰ ਨਾਲੋਂ, ਉੱਥੇ ਪਤੰਗ ਬੂਟੀਆ ਚਿੜਖਰੀ ਆ ਕਾਫੀ ਜ਼ਿਆਦਾ ਅੱਛੀ, ਇੱਥੇ ਆ ਕੇ ਬਾਏ ਕਰੋ ਇਹਨੂੰ। होप करता कि तुम्हें वीडियो वधिया लगी होगी, अगर जे तुम वीडियो वधिया लगी तो वीडियो लाइक जरूर करो और मेरे चैनल में सबसक्राइब भी करो, आ वीडियो सैकंड पार्ट देखने लिए जे भी सैकंड पार्ट देखना चाहते तो मेरे चैनल सबसक्राइब करके बैल आइकन के ऑप्शन टैप करो, ताकि मैं ये नवा पैड जो भी पाव तड़ तक सकते पहले उसका नोटिफिकेशन पहुँच सके। तो मिलता हूँ अपने नेक्स्ट वीडियो सर, तब तक के लिए बाय।